हेलो गाइस, कैसे हैं आप? आई होप आप सब ठीक होंगे। हम आज जा रहे हैं गुरुद्वारा साहिब, आप कभी दर्शन कराएं। सोना लगता कलर। चलो चलो चलो, दूध फाड़ लो। नहीं, मैं दूध फाड़ लेनी, तू निकल। मैं फट लिया दुद्ध, तू टिड्डू ले ला, ओदा दुद्ध कि फटिया है। चल ले, चल चलो, आज चलो, आज चलो। नहीं मम्मी, आज दुद्ध ले लिया मैं, इसे कोई बननी है, लिफाफा ढक्कन नहीं लाया। आटा रख लिया बिच पूरा। चलो आ जाओ सर, की कर रहे हैं? एडी रहनी है ना, हो जाती बड़ी आ देखो। चलो बैठो बैठो, चलो हम चल गए। चलो चलो बाबे बेरी वाला गुण करो ना। ਹੋਰ ਨੀ ਉੱਚਾ ਚਲੇ ਗਿਆ। ਹੋਰ ਆਹ ਉੱਥੇ ਟੋਟੜੀ ਭੱਜ ਜਣੀ। ਗਾਈਸ ਇੱਥੇ ਆਏ ਸੀ ਅਸੀਂ ਰਮਾਲਾ ਸਾਹਿਬ ਲੈਣ, ਅਤੇ ਸਾਡੇ ਕੋਲ ਚੇਅਰ ਪੈ ਰਿਹਾ ਜੈਨਤੀ ਪੁਰ। ਮੰਮੀ ਹੁਣੀ ਚਲੇ ਗਏ ਸੀ ਉੱਧਰ, ਅਤੇ ਮੈਂ ਅਤੇ ਰਵਨੀਤ ਅਸੀਂ ਗੱਡੀ 'ਚ ਸੀ। 16 ਗਾਈ ਤਾਂ ਥੜਾ ਸਾਹਿਬ ਆ ਜਿੱਥੇ ਜੋਤ ਜਗਦੀ, ਇੱਥੇ ਭਾਈ ਜੇਠਾ ਜੀ ਨੇ ਬਹਿ ਕੇ 16 ਸਾਹਿਬ ਦਾ ਪਾਠ
ਪੜ੍ਹਿਆ ਸੀਗਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਹੋਇਆ ਉਹ 'ਚ ਨਾਲ ਇਤਿਹਾਸ ਵੀ ਲਿਖਿਆ ਹੋਇਆ ਉਸਦੇ ਨਾਲ ਹੀ ਇੱਕ ਪੁਰਾਤਨ ਦਰਖਤ ਆ ਨਾਲ ਹੀ ਆ ਦੇਖੋ ਪੁਰਾਤਨ ਦਰਖਤ ਹੈ ਟਾਹਲੀ ਆ ਅਤੇ ਉਸ ਟਾਈਮ ਦੀ ਪ੍ਰਾਣੀ ਬਹੁਤ ਪੁਰਾਣੀ ਆ ਗਾਈਸ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ ਲਾਈਕ ਕਰੋ ਔਰ ਸਬਸਕ੍ਰਾਈਬ ਕਰੋ ਨਾਲ ਬੈੱਲ ਆਈਕਨ ਦਬਾਓ ਤਾਂ ਕਿ ਰੋਜ਼ ਤੁਹਾਨੂੰ ਅਪਡੇਟ ਮਿਲ ਸਕੇ ਨਿਊ ਵੀਡੀਓਜ਼ ਦੀ ਜਿੱਦਾਂ ਡੇਲੀ ਅਪਡੇਟ ਡੇਲੀ ਵਲੋਗਸ ਦੀ ਗਾਈ ਸਾਹਿਬ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਆ ਨਾ ਇਹੀ ਸਮਾਧ ਆ ਬਾਬਾ ਬੁੱਢਾ ਸਾਹਿਬ ਦੀ ਇਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਐਂਡ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਵਧੀਆ ਵਧੀਆ ਕਮੈਂਟ ਮੈਂ ਇਸ ਬੱਚਿਆਂ ਨੇ ਅਸੀਂ ਖੁਦ ਪਹਿਲੀ ਵਾਰ ਦਰਸ਼ਨ ਕੀਤੇ ਆ ਇਹ ਸਭ ਤੋਂ ਥੋੜ੍ਹਾ ਜ਼ਿਆਦਾ ਦੂਰ ਪੈਂਦਾ ਹੈ ਨਾ ਹੁਣ ਅਸੀਂ ਚੱਲੇ ਹਾਂ ਲੰਗਰ ਛਕਣ ਕਿਉਂਕਿ ਬੱਚਿਆਂ ਨੂੰ ਭੁੱਖ ਬਹੁਤ ਜ਼ਿਆਦਾ ਲੱਗ ਗਈ ਔਰ ਬੱਚੇ ਕਹਿੰਦੇ ਸੀ ਲੰਗਰ ਛਕਣ ਫਿਰ ਅਸੀਂ ਚਲੋ ਉੱਧਰ ਜਾਂਦੇ ਹਾਂ ਓਕੇ ਬਾਏ ਗਾਈਜ਼ ਥੈਂਕਸ ਫੋਰ ਵਾਚਿੰਗ